79,280 रुपये, एक 31,640 रुपये ते दूसरा 46,150 रुपये। तो मोदी ने भी कहा है कि सारे बिल माफ है, फीसा बच्चों दी माफ है, तो फिर क्यों इन्ने बिल आ गए? 1,00,000 रुपया भाजी मेरा आया जी 47,000 रुपया। हूँ 1,07,000 रुपया सानू भेज दिता जी, असी वह सानू अगे धमकियां दिंदे जी, एक्शन साहब कहिंदे कि तुहानू पुलिस कार्रवाई करके तुहाडे परचे पाए जाणगे। हाँ इलैक्शन आ रहे जी, साडी हैल्प करूंगे, असी भी उन्होंने खड़े होवांगे, नहीं तो असी तो ओपन विरोध तो करांगे जी, जे सानू जे इस चीज़ की हैल्प ना की गई। साइन टीवी देख रहे सारे दर्शकों का स्वागत है, मैं रवि गिल। जिवें कि करोना का करके पहले ही लोग बड़े परेशान से, कई दिन नौकरियां भी चले गई, हूँ जो कि है बिजली बोर्ड वालों घर बिल जो कि 1,00,000 रुपए तो वध, किसी का 50,000, किसी का 1,00,000, किसी का 1,50,000 रुपया बिल भेज के लोग भी परेशान ने, क्योंकि नौकरियां उन्हां दियां पहले ही जा चुकियां ने। इस टाइम असीं खड़े हाँ आबादपुरे दे विच लिंक रोड के उत्ते वाल्मीकि कलोनी दे विच, उन्हां नाल जिन्हां दे बिजली दे बिल ज़्यादा आए ने उन्हां नाल गलबात करदे हां। की नाम है जी तुहाडा? रवि। ਕਿੰਨਾ ਬਿੱਲ ਆਇਆ ਤੁਹਾਡਾ? 79,280 ਰੁਪਏ। ਇੰਨਾ ਬਿੱਲ ਕਿਵੇਂ ਆ ਗਿਆ? ਬਿੱਲ ਪਹਿਲਾਂ ਤਾਂ ਵੀ ਹੁਣਾ ਜਾ ਲੋਕਡਾਊਨ ਤੋਂ ਬਾਅਦ ਸਾਰਾ ਇਹ ਉਦੋਂ ਹੀ ਆਇਆ ਲੋਕਡਾਊਨ ਦੇ ਦੌਰਾਨ। ਪਿਛਲਾ ਬਿੱਲ ਤੁਹਾਡਾ ਕਿੰਨਾ ਸੀਗਾ? ਪਿਛਲਾ ਬਿੱਲ ਤਾਂ ਥੋੜਾ ਹੀ ਸੀਗਾ, ਜ਼ਿਆਦਾ ਨਹੀਂ ਸੀਗਾ, ਜੁਰਮਾਨਾ ਲੱਗ ਲੁੱਕ ਕੇ ਜ਼ਿਆਦਾ ਹੋ ਗਿਆ ਹੋਣਾ ਵਾ, ਇਹਨਾਂ ਨੇ ਉਦੋਂ ਲੋਕਡਾਊਨ 'ਚ ਤਾਂ ਬਿੱਲ ਨਹੀਂ ਭੇਜੇ, ਹੁਣ ਭੇਜੇ। ਹਾਂਜੀ। ਘਰ ਦੇ ਵਿੱਚ ਕੀ ਕੀ ਚੱਲਦਾ ਹੈ ਜੋ 79,000 ਰੁਪਇਆ ਬਿੱਲ ਆ ਗਿਆ? ਬਸ ਕੂਲਰ ਜਾਂ ਪੱਖਾ ਵਗੈਰਾ ਜਾਂ ਮੋਟਰ ਪਾਣੀ ਜਾਂ 2-4 ਲੈਟਾਂ ਚੱਕਦੀ, ਬਸ ਹੋਰ ਤਾਂ ਕੁਛ ਨਹੀਂ ਹੈ। ਪਿਛਲਾ ਬਿੱਲ ਤੁਹਾਨੂੰ ਪਤਾ ਤੁਹਾਡਾ ਕਿੰਨਾ ਕੁ ਪੈਂਡਿੰਗ ਰਹਿੰਦਾ ਸੀਗਾ ਇਹਦੇ ਵਿੱਚੋਂ? ਪਿਛਲਾ ਬਿੱਲ ਹੋਊਗਾ ਵੱਧ ਤੋਂ ਵੱਧ 20-25,000 ਰੁਪਏ ਹੋ ਸਕਦਾ, ਇੰਨਾ ਕੁ ਜੋ ਪੈਂਡਿੰਗ ਸੀਗਾ ਉਹ ਤਾਂ ਅਸੀਂ ਨਾਲ ਦੀ ਨਾਲ ਦੇ ਦੇਣਾ ਸੀ, ਲੋਕਡਾਊਨ ਦੀ ਵਜ੍ਹਾ ਨਾਲ ਕੰਮ ਕਰ ਵੀ ਹੈ ਨਹੀਂਗਾ, ਕਿਉਂਕਿ ਜੋਬ ਵਗੈਰਾ ਵੀ ਚਲੇ ਗਈ ਇਸ ਕਰਕੇ। ਜੋਬ ਕੀ ਕਰਦੇ ਸੀ? ਆਈਲੈਟਸ ਵਾਲਿਆਂ ਦੇ ਨਾਲ ਕੰਮ ਕਰਦੇ, ਆਈਲੈਟਸ ਸੈਂਟਰ ਸਾਲ ਹਾਲੇ ਤੱਕ ਵੀ ਬੰਦ ਪਏ ਨੇ। ਹੁਣ ਜੋਬ ਵੀ ਨਹੀਂ ਹੈਗੀ? ਹਾਂਜੀ। ਫਿਰ ਬਿੱਲ ਕਿੱਦਾਂ ਦੋਗੇ? ਹੁਣ ਦੇਖੋ ਤਾਂ ਹੀ ਤਾਂ MLA ਸਾਹਿਬ ਨੂੰ ਕਹਿੰਦੇ ਵੀ ਕਿਸ਼ਤਾਂ ਵਗੈਰਾ ਕਰਾ ਦੇਣ ਜਾਂ ਕੁਛ ਵੀ, ਜਿੱਦਾਂ ਵੀ ਹੋ ਸਕਦਾ ਜੋ ਵੀ ਐਡਜਸਟਮੈਂਟ, ਜਿਹੜਾ ਬਿੱਲ ਸਾਡਾ ਮਾਫ ਹੋ ਸਕਦਾ ਉਹ ਮਾਫ ਕਰਾ ਦਿੱਤਾ ਜਾਵੇ। ਸੋ ਸਾਡੇ ਨਾਲ ਹੋਰ ਵੀ ਆਂਟੀਆਂ ਵੀ ਮੌਜੂਦ ਆ। ਆਂਟੀ ਕੀ ਨਾਮ ਆ ਜੀ ਤੁਹਾਡਾ? ਆਸ਼ਾ। ਕਿੰਨਾ ਬਿੱਲ ਆ? ਦੇਖ ਲਓ ਭਰਾ, ਮੈਂ ਕਿਹੜਾ ਪੜ੍ਹੀ ਲਿਖੀ ਆ, ਪੜ੍ਹ ਕੇ ਦੇਖ ਲਓ, ਦੋਨੇ ਬਿੱਲ ਦੇਖ ਲਓ ਪੜ੍ਹ ਕੇ। 31,640 ਰੁਪਏ ਤੇ ਦੂਸਰਾ 46,150 ਰੁਪਏ। ਆਂਟੀ ਕੋਈ ਤੁਹਾਡਾ ਪੁਰਾਣਾ ਬਿੱਲ ਵੀ ਰਹਿੰਦਾ ਸੀਗਾ ਦੇਣ ਲਈ? ਨਹੀਂ ਜੀ, ਪੁਰਾਣਾ ਦਿੱਤਾ ਵੀ ਆ ਪਹਿਲੇ ਦਾ। ਇਹ ਲੋਕਡਾਊਨ ਕਰਕੇ ਇੰਨਾ ਬਿੱਲ ਆਇਆ ਵਾ, ਨਹੀਂ ਤਾਰ ਹੋਏ ਨਹੀਂ ਪੈਸੇ ਹੈਗੇ ਸੀ, ਤੇ ਮੋਦੀ ਨੇ ਵੀ ਕਿਹਾ ਸੀ ਕਿ ਸਾਰੇ ਬਿੱਲ ਮਾਫ ਆ, ਫੀਸਾਂ ਬੱਚਿਆਂ ਦੀਆਂ ਮਾਫ ਆ, ਤੇ ਫਿਰ ਕਿਉਂ ਇੰਨੇ ਬਿੱਲ ਆ ਗਏ? ਅਸੀਂ ਇਹ ਚਾਹੁੰਦੇ ਹਾਂ ਕਿ ਮਾਫ ਹੋਣ ਸਾਰਿਆਂ ਦੇ, ਸਾਡੇ ਸਾਰੇ ਮੁਹੱਲੇ ਦੇ ਮਾਫ ਕਰੋ, ਬਿੱਲ ਕਰਾਓ, ਸਾਰਾ ਮੁਹੱਲਾ ਵਿਹਲਾ, ਗਰੀਬ ਰਹਿੰਦੇ ਇੱਥੇ ਕਿਹੜਾ ਕੋਈ, ਬਹੁਤ ਕੋਠੀਆਂ ਵਾਲੇ ਰਹਿੰਦੇ ਪਏ, ਅਸੀਂ ਘਰਾਂ 'ਚ ਕੁਛ ਨਹੀਂ ਹੈਗਾ, ਬਲਬ ਬੁਲਬ ਵੀ ਚੱਲਦੇ ਆ, ਪੱਖੇ ਚੱਲਦੇ, ਬਲਬ ਚੱਲਦਾ, ਬਸ ਘਰਾਂ ਵਿੱਚ ਕਿਹੜਾ, ਆਪਾਂ ਫੈਕਟਰੀਆਂ ਕਾਕੇ ਲਾਈਆਂ ਪਈਆਂ ਜਿਹੜੀਆਂ ਚੱਲ ਜਾਣੀਆਂ, ਗਰੀਬ ਬੰਦੇ ਰਹਿੰਦੇ ਇੱਥੇ ਕਿਹੜਾ ਕੋਈ। ਦੇਖ ਲਓ ਜੀ, 1,00,000 ਰੁਪਈਆ, 1,00,000 ਹੀ ਹੋ ਜਾਣਾ ਇਹ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਾਡੇ ਬਿਜਲੀ ਦੇ ਬਿੱਲ ਮਾਫ਼ ਕਰਨ, ਪਹਿਲਾਂ ਕਿਤੇ ਪਏ ਸੀ ਹੁਣ ਫਿਰ ਮਾਫ਼ ਕਰ ਦੇਣ, ਅਸੀਂ ਇਹੀ ਕਹਿੰਦੇ, ਲੋਕਡਾਊਨ 'ਚ ਦੁਨੀਆ ਦਾ ਬਹੁਤ ਬੁਰਾ ਹਾਲ ਹੈ, ਸਾਰਾ ਸਾਰਾ ਜ਼ੀਰੋ ਬਿੱਲ ਆਵੇ ਸਾਡੇ ਬਿੱਲ, ਅੱਗੇ ਵੀ ਇੱਦਾਂ ਹੀ ਆਉਂਦੇ ਸੀ ਹੁਣ ਵੀ ਇੱਦਾਂ ਹੀ ਆਉਣ, ਸਾਡਾ ਕੋਈ ਨਹੀਂ ਹੈਗਾ, ਸਾਰੇ ਮੰਨੇ ਕਿਤੇ ਪਏ ਆ ਬਿੱਲ, ਇਹ ਸਿਰਫ ਲੋਕਡਾਊਨ ਦਾ ਹੀ ਬਿੱਲ ਆਇਆ। ਹਾਂਜੀ ਹਾਂਜੀ, ਲੋਕਡਾਊਨ ਕਰਕੇ ਹੀ ਆਇਆ ਪਿਆ ਬਿੱਲ ਜ਼ਿਆਦਾ। ਮੋਦੀ ਨੇ ਕਿਹਾ ਵੀ ਅਸੀਂ ਮਾਫ਼ ਕੀਤਾ ਪਿਆ, ਸਾਰੇ ਦੁਨੀਆ ਨੂੰ ਮਾਫ਼ ਕੀਤਾ ਪਿਆ ਸੀ, ਫਿਰ ਸਾਨੂੰ ਕਿਉਂ ਨਹੀਂ ਮਾਫ਼ ਕੀਤਾ ਉਹਨੇ ਬਿੱਲ, ਕਦੇ ਵੀ ਨਹੀਂ ਸਾਡੇ ਬਿੱਲ ਆਉਂਦੇ ਸੀ ਇੰਨੇ, ਕੰਮ ਭਾਂਡੇ ਮਾਂਦੇ ਘਰਾਂ ਦੇ ਜਾਂ ਹੋਰ ਕੀ ਕਰਨਾ ਸੀ, ਪ੍ਰਾਈਵੇਟ ਕੰਮ ਕਰਦੇ ਆ, ਘਰ ਮੇਰਾ ਮੁੰਡਾ ਬੇਟਾ ਕਰਦਾ ਕੰਮ ਪ੍ਰਾਈਵੇਟ, ਉਹ ਵੀ ਕਿੰਨੇ ਦਿਨ 3 ਮਹੀਨੇ ਘਰ ਹੀ ਬੈਠੇ ਰਹੇ ਸੀ, ਹਾਂ ਘਰ ਇੱਦਾਂ ਹੀ ਬਸ, ਭੈਣ ਭਰਾ ਮਦਦ ਲਾਉਂਦੇ ਸੀ, ਰੋਟੀ ਖਾਂਦੇ ਸੀ, ਨਹੀਂ ਤਾਂ ਅਸੀਂ ਭੁੱਖੇ ਹੀ ਮਰ ਜਾਣਾ ਸੀ, ਹਾਂ ਬੜਨ ਦੇਣਾ, ਬਸ ਇਹੀ ਮੇਰੀ ਫਰਮਾਇਸ਼ ਹੈਗੀ ਹੈ। ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਸੂਰਜ ਥਾਪਰ ਭਾਜੀ।
ਕਿੰਨਾ ਬਿੱਲ ਆਇਆ ਤੁਹਾਡਾ ਭਾਜੀ ਮੇਰਾ ਆਇਆ ਜੀ 47000 ਰੁਪਇਆ ਤੁਹਾਡਾ ਕੋਈ ਪੁਰਾਣਾ ਬਿੱਲ ਰਹਿੰਦਾ ਜੀ ਨਹੀਂ ਭਾਜੀ ਨਾਲ ਨਾਲ ਤਾਂ ਦਿੰਦੇ ਰਹੀਦਾ ਵਾ ਉਹਦਾ ਕਰਕੇ ਇਹਨਾਂ ਨੇ ਕਰੋਨੇ ਦਾ ਕਰਕੇ ਨਹੀਂ ਦੇ ਹੋਇਆ ਤੇ ਇਹਨਾਂ ਨੇ ਉੱਤੇ ਵਿਆਜ ਪਾਈ ਜਾਂਦੇ ਨਾਲ ਨਾਲ ਹੀ ਇਹ ਵੀ ਦੱਸੋ 1600 ਵਿਆਜ 1600 ਰੁਪਇਆ ਵਿਆਜ ਪਾਣ ਦੇ ਭਾਜੀ ਹਰ ਵਾਰੀ ਹਰ ਹਫਤੇ ਦਾ 1600 ਰੁਪਇਆ ਵਿਆਜ ਪਿੱਛੇ ਜੇ 5-7000 ਰੁਪਏ ਦੇ ਕੇ ਆਏ ਸੀਗੇ ਐਕਚੁਅਲੀ ਉਹਨਾਂ ਨੇ ਫੇਰ ਕੱਢ ਕੇ 47000 ਕੱਢ ਦਿੱਤਾ ਸਾਡਾ ਬਿੱਲ ਤੁਸੀਂ ਬਿਜਲੀ ਵਿਭਾਗ ਦੇ ਕਿਸੇ ਅਫਸਰ ਨਾਲ ਜਾ ਕੇ ਗੱਲਬਾਤ ਨਹੀਂ ਕੀਤੀ ਭਾਜੀ ਕੀਤੀ ਸੀ ਉਹ ਕਹਿੰਦੇ ਜੀ ਪੈਸੇ ਸਾਰੇ ਇਕੱਠੇ ਲੈਣੇ ਜੀ ਅਸੀਂ ਕਿ ਸਾਰੇ ਅਸੀਂ ਇਕੱਠੇ ਨਹੀਂ ਦੇ ਸਕਦੇ ਵੀ ਪ੍ਰਾਈਵੇਟ ਕੰਮ ਕਰਦੇ ਅਸੀਂ ਭਾਜੀ ਕੰਮ ਜੇ ਸਰਕਾਰੀ ਨੌਕਰੀ ਹੈ ਫੇਰ ਤਾਂ ਕਹੀ ਇਕੱਠੇ ਲੈ ਲਓ ਪ੍ਰਾਈਵੇਟ ਕੰਮ ਆ ਦਿਹਾੜੀ ਲੱਗੀ ਨਾ ਲੱਗੀ ਇੱਕ ਬਰਾਬਰ ਆ ਅਸੀਂ ਤਾਂ ਇਹੀ ਕਹਿੰਦੇ ਵੀ ਅਸੀਂ ਕਿਸ਼ਤਾਂ ਨਾਲ ਪੈਸੇ ਦੇ ਸਕਦੇ ਆ 2-2, 4-4 ਹਜ਼ਾਰ ਕਰਕੇ ਦੇਈ ਜਾਵਾਂਗੇ ਅਸੀਂ ਇੰਨਾ ਦੇ ਸਕਦੇ ਅਸੀਂ ਜ਼ਿਆਦਾ ਹੋਰ ਨਹੀਂ ਦੇ ਸਕਦੇ ਤੁਹਾਡਾ ਤਾਂ 46000 ਬਿੱਲ ਆਇਆ ਬਾ ਕਈਆਂ ਦਾ ਤਾਂ ਇੱਥੇ ਲੱਖ ਲੱਖ ਰੁਪਇਆ ਬਿੱਲ ਆਇਆ 92000 ਰੁਪਇਆ ਆਇਆ ਸਭ ਨੇ ਘਰ ਵਾਲਿਆਂ ਦਾ 2 ਲੱਖ ਦੇ ਕਰੀਬ ਆ ਚੁੱਕਾ ਆ ਭਾਜੀ ਹੁਣ ਇਹ ਤਾਂ ਵਿਆਜ ਹੀ ਪਾਈ ਜਾਂਦੇ ਪਏ ਆ ਹੁਣ ਜੇ ਕਿਸੇ ਲੋਕਡਾਊਨ ਦਾ ਕਰਕੇ ਸਾਰੇ ਭਾਜੀ ਘਰੇ ਬੈਠੇ ਪਏ ਆ ਕੰਮ ਕਰ ਤੋਂ ਜਿਹੜਾ ਕੰਮ ਕਰ ਮਿਲਦਾ ਸੀ ਉਹ ਵੀ ਭਾਜੀ ਛੁੱਟ ਗਿਆ ਵਾ ਹੁਣ ਅੱਗੇ ਕੰਮ ਮਿਲਦਾ ਨਾ ਮਿਲੇ ਬਾਅਦ ਦੀ ਗੱਲ ਆ ਹੁਣ ਜਿਹੜਾ ਹੈਗਾ ਉਹ ਤਾਂ ਚਲੋ ਅਸੀਂ ਅਸੀਂ ਇਹੀ ਮੰਗ ਕਰਾਂਗੇ ਵੀ ਅਸੀਂ ਕਿਸ਼ਤਾਂ 'ਚ ਦੇ ਸਕਦੇ ਪੈਸੇ ਇਕੱਠੇ ਅਸੀਂ ਨਹੀਂ ਦੇ ਸਕਦੇ ਕੀਤਾ ਜਾਵੇ ਅਸੀਂ ਗਰੀਬ ਆਦਮੀ ਆ ਜੀ ਗਰੀਬ ਆਦਮੀ ਸਾਨੂੰ ਮਾਫ ਕੀਤਾ ਜਾਵੇ ਪਹਿਲਾਂ ਤਾਂ ਮਾਫ ਕਰਕੇ ਸਾਨੂੰ ਬਿੱਲ ਨਹੀਂ ਇਹਨਾਂ ਨੇ ਭੇਜਿਆ ਹੁਣ 1,07,000 ਰੁਪਇਆ ਸਾਨੂੰ ਭੇਜ ਦਿੱਤਾ ਜੀ ਅਸੀਂ ਐਸੀ ਕੋਟੇ 'ਚ ਸਟੂਲ ਕਾਸਟ ਲੋਕ ਆ ਅਸੀਂ ਲੋਕਾਂ ਦੇ ਘਰਾਂ 'ਚ ਮਿਹਨਤ ਕਰਦੇ ਸਾਡਾ ਲੋਕਡਾਊਨ ਦਾ ਕਰਕੇ ਉਹ ਵੀ ਸਾਰਾ ਕੰਮ ਖਤਮ ਹੋ ਗਿਆ ਜੀ ਅਸੀਂ ਗਰੀਬ ਆਦਮੀ ਜੇ ਅਸੀਂ ਕਿਸੇ ਰਿਕੁਐਸਟ ਕਰਦੇ ਆ ਬਿਜਲੀ ਬੋਰਡ ਦੇ ਅਫਸਰ ਨੂੰ ਉਹ ਸਾਨੂੰ ਅੱਗੇ ਧਮਕੀਆਂ ਦਿੰਦੇ ਜੀ ਐਕਸ਼ਨ ਸਾਹਿਬ ਕਹਿੰਦੇ ਕਿ ਤੁਹਾਨੂੰ ਪੁਲਿਸ ਕਾਰਵਾਈ ਕਰਕੇ ਤੁਹਾਡੇ ਪਰਚੇ ਪਾਏ ਜਾਣਗੇ ਸਾਡੇ ਗਰੀਬ ਲੋਕਾਂ ਨਾਲ ਬਹੁਤ ਜਾਸਤੀ ਹੋ ਰਹੀ ਆ ਐਸੀ ਲੋਕਾਂ ਨਾਲ ਬਹੁਤ ਜ਼ਿਆਦਾ ਜਾਸਤੀ ਹੋ ਰਹੀ ਆ ਜੇ ਬਿਜਲੀ ਬੋਰਡ ਨਾਲ ਰਿਕੁਐਸਟ ਕਰਦੇ ਆ ਉਹ ਵੀ ਸਾਨੂੰ ਉੱਪਰੋਂ ਸਾਨੂੰ ਧਮਕੀਆਂ ਦਿੰਦੇ ਆ ਜੀ ਅਤੇ ਸਾਡੀ ਨਾਂ ਦੇ ਕੋਈ ਇੱਥੇ ਕੋਈ ਰਾਜਨੀਤਿਕ ਸਾਡੀ ਕੋਈ ਮਦਦ ਕਰਦਾ ਜੀ ਕਰੋਨਾ ਵਿੱਚ ਅਸੀਂ ਬਹੁਤ ਮਜਬੂਰ ਹਾਂ ਉਹ ਤੋਂ ਬਿਜਲੀ ਬੋਰਡ ਨੇ ਸਾਨੂੰ ਬੜਾ ਤੰਗ ਕੀਤਾ ਜੀ ਕਈਆਂ ਨੂੰ ਕਿਸਾਨਾਂ ਲੋਕਾਂ ਨੂੰ ਬਿੱਲ ਮਾਫ਼ ਆ ਸਾਰੇ ਲੋਕਾਂ ਨੂੰ ਮਾਫ਼ ਹੈ ਲੇਕਿਨ ਸਾਡੇ ਐਸੀਆਂ ਨੂੰ ਕਿਉਂ ਨਹੀਂ ਇਹ ਸਭ ਮਾਫ਼ ਹੈਗਾ ਸਾਡੀ ਬੋਰਡ ਨਹੀਂ ਹੈਗੀ ਸਾਡੇ ਕੋਲ ਵੋਟਾਂ ਨਹੀਂ ਹੈਗੀਆਂ ਕਿ ਸਾਡੇ ਕੋਲ ਇਹ ਸਭ ਚੀਜ਼ਾਂ ਲੈਂਦੇ ਨਹੀਂ ਹੈਗੇ ਹਰ ਇੱਕ ਚੀਜ਼ ਵਾਰੀ ਹਰ ਚੀਜ਼ ਨਾਲ ਆਪਾਂ ਇਹਨਾਂ ਦੀ ਹੈਲਪ ਕਰਦੇ ਬਿੱਲ ਆ ਉਹ ਨਹੀਂ ਸਾਨੂੰ ਮਾਫ਼ ਕਰਦੇ ਜੇ ਸਾਡਾ ਪਾਣੀ ਹੈ ਸਾਨੂੰ ਪਾਣੀ ਦੀ ਇੰਨੀ ਪ੍ਰੋਬਲਮ ਆ ਜਦ ਸਾਨੂੰ ਐਸੀਆਂ ਨੂੰ ਜਿਵੇਂ ਪਹਿਲੇ ਸਰਕਾਰ ਵੱਲੋਂ ਕੁਝ ਬਿੱਲ ਮਾਫ਼ ਸੀਗਾ ਹਾਂਜੀ ਸਾਨੂੰ 400 ਯੂਨਿਟ ਮਾਫ਼ ਹੈ ਜੀ ਅਸੀਂ ਉਹ ਜਿਹੜਾ ਐਸੀ ਦੇ ਸਰਟੀਫਿਕੇਟ ਅਸੀਂ ਸਾਰਿਆਂ ਨੇ ਜਮ੍ਹਾਂ ਕਰਾਏ ਬਿਜਲੀ ਬੋਰਡ ਦੇ ਵਿੱਚ ਉਹਦੇ ਬਾਵਜੂਦ ਵੀ ਸਾਨੂੰ ਪਹਿਲਾਂ ਇਹਨਾਂ ਨੇ ਬਿੱਲ ਭੇਜੇ ਨਹੀਂ ਕਿ ਸਾਨੂੰ ਤੁਹਾਨੂੰ ਬਿੱਲ ਮਾਫ਼ ਹੈ ਜੀ ਮਾਫ਼ ਆ ਆਹ ਕਰੋਨਾ ਦੇ ਵਿੱਚ ਇਹਨਾਂ ਨੇ ਲੱਖਾਂ ਰੁਪਇਆ ਬਿੱਲ ਭੇਜਤਾ ਜੀ ਅਸੀਂ ਗਰੀਬ ਲੋਕ ਕਿੱਥੋਂ ਦੇਵਾਂਗੇ ਅਸੀਂ ਆਪਣੇ ਬੱਚੇ ਪਾਲੀਏ ਜਾਂ ਇਹਨਾਂ ਨੂੰ ਬਿੱਲ ਦਈਏ ਜੇ ਅਸੀਂ ਇਹਨਾਂ ਅੱਗੇ ਰਿਕੁਐਸਟ ਕਰਦੇ ਹਾਂ ਤਾਂ ਸਾਨੂੰ ਧਮਕੀਆਂ ਦਿੰਦੇ ਕਿ ਆਪਾਂ ਪੁਲਿਸ ਲਿਆ ਕੇ ਤੁਹਾਡੇ 'ਤੇ ਪੁਲਿਸ ਕਾਰਵਾਈ ਕਰਕੇ ਤੁਹਾਡੇ 'ਤੇ ਪਰਚੇ ਪਾ ਜਾਵਾਂਗੇ ਤੁਸੀਂ ਆਪਣੇ ਕੌਂਸਲਰ ਨਾਲ ਜਾਂ MLA ਸਾਹਿਬ ਨਾਲ ਨਹੀਂ ਗੱਲਬਾਤ ਕੀਤੀ ਕਿ ਸਾਡੇ ਮਹੱਲੇ ਦੇ ਵਿੱਚ ਸਾਰਿਆਂ ਦੇ ਬਿੱਲ ਕਿਸੇ ਦਾ 50000 ਕਿਸੇ ਦਾ ਲੱਖ ਉਹ ਵੀ ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਸਾਡੀ ਹੈਲਪ ਕੀਤੀ ਜਾਵੇ ਉਹ ਕਹਿੰਦੇ ਜੀ ਤੁਹਾਡੀਆਂ ਕਿਸ਼ਤਾਂ ਕਰਵਾ ਦਿੰਦੇ ਆ ਉਹ ਬਾਅਦ 'ਚ ਇੱਦਾਂ ਲਾਰੇ ਲੂਰੇ ਲਾ ਕੇ ਉਹ ਵੀ ਚੱਲ ਜਾਂਦੀ ਸੀ ਸਾਡੀ ਕੋਈ ਨਹੀਂ ਸੁਣਦਾ ਅੱਜ ਬਿਜਲੀ ਵਾਲੇ ਆਏ ਸੀ ਜੀ ਅਸੀਂ ਸਾਰਿਆਂ ਵਾਲਿਆਂ ਨੇ ਪਹਿਲਾਂ ਮਿਹਨਤ ਕੀਤੀ ਫਿਰ ਅਸੀਂ ਐਕਸ਼ਨ ਨਾਲ ਵੀ ਫੋਨ 'ਤੇ ਗੱਲ ਕੀਤੀ ਉਹਨਾਂ ਨੇ ਸਾਨੂੰ ਪੁਲਿਸ ਧਮਕੀਆਂ ਦਿੱਤੀਆਂ ਜੀ ਅਤੇ ਫਿਰ ਅਸੀਂ ਹਰ ਕੇਸ ਵਿੱਚ ਸਾਰੇ ਜਣੇ ਇਕੱਠੇ ਹੋ ਕੇ ਅਸੀਂ ਤੁਹਾਡੀ ਹੈਲਪ ਲਈ ਅਤੇ ਅਸੀਂ ਉਹਨਾਂ ਨੂੰ ਕਨੈਕਸ਼ਨ ਹੀ ਆਪਣੇ ਕੱਟਣ ਦਿੱਤੇ ਕਿ ਜੋ ਵੀ ਹੈਗੀ ਸਾਡੀ ਕਿਸ਼ਤ ਕੀਤੀ ਜਾਵੇ ਸਾਡੀ ਅਪਲੀਨ ਤੇ ਸਾਡੇ ਬਿੱਲ ਮਾਫ ਹੀ ਕੀਤੇ ਜਾਂਦੇ ਅਸੀਂ ਹੈ ਸਟੂਲ ਕਾਸਟ ਤੇ ਉਦਾਂ ਜਾਂ ਸਾਡੀ ਅਸਾਂ ਵੀ ਵਿਹਲੇ ਹਾਂ ਜੀ ਫਿਰ ਵੀ ਸਾਨੂੰ ਤਨਖਾਹ 5-7 ਹਜ਼ਾਰ ਤੋਂ ਵੱਧ ਨਹੀਂ ਮਿਲਦੀ ਅਸੀਂ ਜੋ ਵੀ ਸਾਡੀ ਕਿਸ਼ਤ 2-3 ਹਜ਼ਾਰ ਰੁਪਏ ਲੱਗੀ ਜਾਵੇ ਅਸੀਂ ਦੇਣ ਨੂੰ ਮਨਜ਼ੂਰ ਬਸ ਮੇਰੇ ਹਸਬੈਂਡ ਆ ਜੀ ਇਹ ਵਿਹਲੇ ਆ ਇਹੀ ਸਾਡੀ ਬੇਨਤੀ ਆ ਸਾਡੇ ਬਿੱਲ ਮਾਫ਼ ਕੀਤੇ ਜਾਣ ਜੇ ਸਾਡੇ ਪਾਣੀ ਬਿੱਲ ਆਇਆ ਵਾ ਨਾ ਉਹ ਇਹ ਵਜ੍ਹਾ ਵਾ ਜੀ ਸਾਡੇ ਮੋਟਰਾਂ 2-2, 3-3 ਘੰਟੇ ਚੱਲਦੀਆਂ ਪਾਣੀ ਆ ਨਹੀਂ ਰਿਹਾ ਸਾਡੇ ਮਹੱਲੇ 'ਚ ਪੂਰਾ ਮਹੱਲਾ 15 ਦਿਨ ਹੋ ਗਏ ਪਾਣੀ ਨਹੀਂ ਮਹੱਲੇ 'ਚ ਆਇਆ ਬਾਹਰ ਉਹਨਾਂ ਨੇ ਉਹ ਲਾਈ ਪਈ ਆ ਲਿਆ ਕੇ ਟੈਂਕੀ ਟੈਂਕਰ ਲਾਇਆ ਉੱਥੋਂ ਐਡੀ ਦੂਰੋਂ ਭਰ ਭਰ ਕੇ ਪਾਣੀ ਘਰ ਲਿਆਈਦਾ ਵਾ ਪਰ ਇਹ ਤਾਂ ਕੰਮ ਕੌਂਸਲਰ ਸਾਹਿਬ ਦਾ ਆਇਆ ਕਿ ਜੇ ਮਹੱਲਿਆਂ 'ਚ ਪਾਣੀ ਨਹੀਂ ਆਉਂਦਾ ਕੌਂਸਲਰ ਸਾਹਿਬ ਨੂੰ ਕਿਹਾ ਤਾਂ ਉਹਨਾਂ ਨੇ ਸਾਡੇ ਲਿਆ ਕੇ ਟੈਂਕਰ ਨਾਲ ਕੱਤਾ ਪਾਣੀ ਤਾਂ ਫੇਰ ਨਹੀਂ ਆਇਆ ਨਾ ਮਸਲਾ ਤਾਂ ਸਾਰਾ ਬਿਜਲੀ ਦਾ ਹੀ ਹੋ ਗਿਆ ਨਾ ਬਿਜਲੀ ਸਾਡੀ ਮੋਟਰ ਹੀ ਖਿੱਚ ਰਹੀ ਆ ਹੋਰ ਸਾਡੇ ਘਰਾਂ 'ਚ ਕਿਸੇ ਦੇ ਏਸੀ ਨਹੀਂ ਲੱਗਿਆ ਕਿਸੇ ਨੇ ਕੁਛ ਨਹੀਂ ਆ ਤੁਹਾਡੇ ਕੌਂਸਲਰ ਕੋਲ ਨੇ ਇੱਥੇ ਜਸਲੀਨ ਸੇਠੀ ਜੀ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਸੀ ਤੁਹਾਡੇ ਏਰੀਆ ਦੇ ਵਿੱਚ ਪਾਣੀ ਵੀ ਨਹੀਂ ਆ ਰਿਹਾ ਉਹ ਤੋਂ ਬਿਜਲੀ ਦੇ ਬਿੱਲ ਜ਼ਿਆਦਾ ਆ ਗਏ ਨੇ ਅਸੀਂ ਤਾਂ ਬ੍ਰਦਰ ਬੇਨਤੀ ਕਰ ਸਕਦੇ ਅਸੀਂ ਸੋਸ਼ਲ ਮੀਡੀਆ ਥਰੂ ਜਾਂ ਅਸੀਂ ਮਹੱਲੇ ਵਾਲੇ ਇੱਕ ਬੇਨਤੀ ਕਰ ਸਕਦੇ ਹਾਂ ਬਾਕੀ ਅਸੀਂ ਉਹਨਾਂ ਨੂੰ ਤੁਹਾਡੇ ਥਰੂ ਵੀ ਬੇਨਤੀ ਕਰਾਂਗੇ ਜਸਲੀਨ ਸੇਠੀ ਨੂੰ ਸਾਡੀ ਉਹਨਾਂ ਦੇ ਅੱਗੇ ਮੰਗ ਆ ਕਿ ਸਾਡੇ ਮਹੱਲੇ ਵਾਲਿਆਂ ਦਾ ਬਿੱਲ ਮਾਫ਼ ਕਰਾਇਆ ਜਾਵੇ ਠੀਕ ਆ ਜੀ ਜੇ ਅੱਗੇ ਗਾਂ ਇਲੈਕਸ਼ਨ ਆ ਰਹੇ ਜੇ ਸਾਡੀ ਹੈਲਪ ਕਰੂਏ ਅਸੀਂ ਵੀ ਉਹਨਾਂ ਨਾਲ ਖੜੇ ਹੋਵਾਂਗੇ ਨਹੀਂ ਤਾਂ ਅਸੀਂ ਤਾਂ ਓਪਨ ਵਿਰੋਧ ਤਾਂ ਕਰਾਂਗੇ ਜੀ ਜੇ ਸਾਨੂੰ ਜੇ ਇਸ ਚੀਜ਼ ਦੀ ਹੈਲਪ ਨਾ ਕੀਤੀ ਗਈ ਇਹ 'ਚ ਕੋਈ ਕਿਸੇ ਪਾਰਟੀ ਦਾ ਨਹੀਂ ਹੈ ਸਾਡਾ ਪਰਸਨਲੀ ਹੱਕ ਆ ਸਾਡਾ ਸਾਡੇ ਬੱਚੇ ਛੋਟੇ ਛੋਟੇ ਜੇ ਅੱਜ
असी इसी करके तो अज कट्ठे हुए हैं जी। जिदा मुंडा बिजली का रोज़ कट्टन आते सी, दो दो तीन तीन सौ हर घर चो लै गए दो तीन बारी। अज असी इस चीज़ का विरोध किया कि असी पैसे नहीं देने ना बिजली कट्टन देनी। पहले भी दो तीन बार आए कुंडी ला के दो दो तीन तीन सौ सारे लोगों ने दिते दिते कि नहीं जी, सब ने दो दो तीन तीन सौ रुपये दिता। वो एक बार तार ला जाते हूँ, अज भी उ प्लैन ना आए और जई साहब का ऑर्डर आ अज मीटर लाए जाएंगे, हूँ मीटर नहीं लथने जी। जो बिजली वाले आए थे उदो पैसे लैके जाते? हाँ जी, मुंडे प्राइवेट जोड़े आते जी, वो दो तीन तीन सौ लैके पंद्रह भी दिन का सानू टाइम दे देंगे है, पर साड़ी कोई गल नहीं सुनता। जब साड़ी गल सुनी जाए जे ना अब्बलता माफ किया जाए, जे जे अगे बिल आ देवे असी वो किस्त कर ली जाए, जे करोना चार पाँच महीने का बिल आ ये नहीं असी देवे, असी देवे नहीं। जोड़ा पहले असी यूज की लाइट आदा बिल देवे वो साडा हक आ, देना वो भी किस्तान ना देवे दो तीन। इतने का कई लोगों का यह भी कहना कि साढ़े बिल पहले ही माफ ने सरकार एसियां होंगे बिल। मैं दसदा जी उस जी 400 यूनिट माफ आ जी, उन्होंने आ कैप्टन साहब का बयान सगा कि 400 यूनिट तो उपर चलू भी वो यूनिट कैंसल की जाऊगी। जिस घर की 400 यूनिट तो उपर चली ऑलरेडी कैंसल हो ही जानी, वह तो गौरमेंट का लॉ से। पर जी हूँ जी चार महीने लाइट चली आ, उन्होंने यूनिट का किसी का कोई मतलब नहीं है, माफ की जाए। बैंक किस्तों तक उन्होंने लोगों तंग नहीं किया, पर बिजली के बिल करके असी इस टाइम तंगी के रिक्वेस्ट सोशल मीडिया तुम ब्रदर आए हैं तेरे मूहे रिक्वेस्ट करते हैं कि ये चार पाँच महीने जो सू माफ किए हैं, जी बाकी पेमेंट आई किस्तों के नाल देवे। वैसे सो बिल्कुल तुम देख सकते हो कि इतने लोगों के घर का बिल जो कि पंजा हज़ार तो उपर आया, कई लख कई डेढ़ लख भी आया बिल। पर इतने के लोगों का यह कहना है कि साढ़े कारोबार पहले ही करोना का करके चले गए हैं, कई की तनखा चार तो पाँच हज़ार से, कई अठ हज़ार से। उन्होंने कहना है कि असी इन्ना ज़्यादा बिल नहीं दे सकते। कौंसलर साहब और बेरी इन्होंने अपने विधायक साहब तक भी गलबात पहुँचाई है कि सानू आ प्रॉब्लम आ रही है, साडा कारोबार हैगा नहीं है, जिहदा करके कि सानू बिल इन्ना ज़्यादा आ गया, असी बिल नहीं दे सकते। प्रशासन अगे इन्हों की यही अपील है कि साडे बिल माफ़ किए जाण, ते यां साडे नाल बैठ के गलबात होवे कि असी आपस दे विच बैठ के यां तां किस्तां कर लैन, यां साडे आ जिहड़े करोना दे चलदे होए जो बिल आए ने पहले जो बिल माफ़ सीगे यकदम ही इन्ने ज़्यादा बिल आ गए ने, इन्हां दे उत्ते भी परेशानी है। बिजली वाले भी बिल मीटर कट्टन आते हैं, पर उदे बाद जो उन्होंने प्राइवेट मुंडे रखे हुए ने वो आते हैं दो दो चार चार सौ रुपया लैके पंद्रह बीह दिन का टाइम दे जाते हैं। पर देखने वाली गल है कि उन्होंने की कार्रवाई की जाएगी, या इन्हों बैठ के इन्हों की जो एड्डी वड्डी प्रॉब्लम है वो किवें सोल्व करते हैं, ये तो आने वाला टाइम ही दसेगा। जलंधर तो कैमरामैन साजन के नाल रवि गिल की रिपोर्ट।